ਮੇਰਾ 22 ਤਰੀਕ ਨੂੰ ਤਕਰੀਬਨ 10:30 ਵਜੇ ਬੱਚਾ ਗਿਆ ਮਰਾਸ਼ਾ ਰੋਡ 'ਤੇ ਸਮੋਸੇ ਲੈਣ ਵਾਸਤੇ, ਮੇਰੇ ਵਾਸਤੇ ਅਤੇ ਆਪਣੇ ਵਾਸਤੇ ਵੀ। ਉੱਥੋਂ ਹੀ ਕੋਈ ਅਣਛਪਾਤੇ ਬੰਦੇ ਸੀ ਮੇਰੇ ਬੱਚੇ ਨੂੰ ਚੱਕ ਕੇ ਲੈ ਗਏ। 11:10 'ਤੇ ਮੈਨੂੰ ਫੋਨ ਆਉਂਦਾ ਵਾ ਕਿ ਤੁਹਾਡਾ ਬੱਚਾ ਇੱਧਰ ਦਾ ਅਸੀਂ ਫੜ ਲਿਆ ਵਾ, ਇਹ ਗਲਤ ਕੰਮ ਕਰਦਾ ਸੀਗਾ, ਅਸੀਂ ਇਹਨੂੰ ਲੈ ਚੱਲੇ ਹਾਂ, ਜੇ ਤੁਸੀਂ ਕੋਈ ਸਾਡੇ ਨਾਲ ਫੈਸਲਾ ਕਰਨਾ ਤਾਂ ਲਾਂਬੜੇ ਆ ਜਾਓ। ਅਸੀਂ ਇੱਥੋਂ ਤਿਆਰੀ ਕਰਕੇ ਲਾਂਬੜੇ, ਮੈਂ ਕਿਹਾ ਕਿੱਦਾਂ ਆਵਾਂ, 50,000 ਰੁਪਇਆ ਲੈ ਕੇ ਲਾਂਬੜੇ ਆਓ ਸਾਨੂੰ ਮਿਲੋ, ਅਸੀਂ ਬੰਦਾ ਛੱਡ ਦਿੰਦੇ, ਹਾਲੇ ਸਾਡੇ 'ਤੇ ਗੱਲ ਆ, ਵੱਡੇ ਅਫਸਰਾਂ 'ਤੇ ਗੱਲ ਨਹੀਂ ਹੈਗੀ। ਅਸੀਂ ਜਾਂਦੇ ਹਾਂ, ਅਸੀਂ ਜਦੋਂ ਕਮਲ ਹਸਪਤਾਲ ਲੰਘੇ ਹਾਂ ਸਾਨੂੰ ਕਹਿੰਦੇ ਤੁਸੀਂ ਕਿੱਥੇ ਆ, ਜੀ ਕਿਹਾ ਕਮਲ ਹਸਪਤਾਲ, ਕਹਿੰਦੇ ਤੁਸੀਂ ਇੱਥੇ ਰੁਕੋ ਕਿਤੇ ਨਾ ਕਿਤੇ, ਤਾਜ ਤੂ ਦੇ ਕੋਲ ਰੁਕੋ ਅਤੇ ਬੰਦੇ ਸਾਡੇ ਆਉਂਦੇ ਪੈਸੇ ਤੁਹਾਡੇ ਕੋਲ ਲੈਂਦੇ ਆ। ਮੈਂ ਅਤੇ ਮੇਰਾ ਬੇਟਾ ਵੱਡਾ ਜਸਪ੍ਰੀਤ ਸਿੰਘ ਅਸੀਂ ਦੋਨੇ ਸੀਗੇ, ਅਸੀਂ ਉੱਥੇ ਰੁਕੇ ਹਾਂ 5-7 ਮਿੰਟ ਰੁਕੇ ਹਾਂ, ਉਹਨਾਂ 'ਚ ਉਹਨੂੰ 2 ਮੁੰਡੇ ਆਏ ਆ, ਮੂੰਹ ਉਹਨਾਂ ਦੇ ਬੱਧੇ ਹੋਏ ਸੀ ਅਤੇ ਮੋਟਰਸਾਈਕਲ ਸੀਗਾ ਸਪਲੈਂਡਰ, ਨੰਬਰ ਪਲੇਟਾਂ ਹੈ ਨਹੀਂ ਸੀ, ਅਤੇ ਅਸੀਂ ਸਾਨੂੰ ਕਹਿੰਦੇ ਤੁਸੀਂ ਬਾਹਰ ਨਿਕਲ ਕੇ ਸਾਨੂੰ ਪੈਸੇ ਫੜਾਓ। ਅਸੀਂ ਕਿਹਾ ਬਾਹਰ ਅਸੀਂ ਕੀ ਨਿਕਲਣਾ, ਤੁਸੀਂ ਸਾਡੇ ਕੋਲ ਆਓ, ਪੈਸੇ ਲਓ ਸਾਡੇ ਕੋਲ, ਗੱਡੀ ਜਾ ਕੇ ਪੈਸੇ ਲੈ ਲਓ, ਪੈਸੇ ਤਾਂ ਦਿੰਦੇ ਹਾਂ, ਤੁਸੀਂ ਸਾਡੀ ਗੱਡੀ 'ਚ ਬੈਠੋ, ਸਾਡਾ ਮੁੰਡਾ ਸਾਨੂੰ ਦਿਓ ਅਤੇ ਸਾਡੇ ਕੋਲ ਪੈਸੇ ਲੈ ਲਓ। ਉਹ ਇੰਨੀ ਗੱਲ ਨਾ ਸਾਡੇ ਕੋਲ ਆਏ ਅਤੇ ਭੱਜ ਗਏ ਸਾਡੇ ਕੋਲੋਂ, ਅਸੀਂ ਉਹਨਾਂ ਦਾ ਪਿੱਛਾ ਕੀਤਾ, ਉਹ ਮਿਲੇ ਨਹੀਂ, ਮੁੜ ਕੇ ਅਸੀਂ ਆ ਕੇ ਪੁਲਿਸ ਨੂੰ ਤਲਾਹ ਦਿੱਤੀ ਆ, ਪੁਲਿਸ ਨੂੰ ਤਲਾਹ ਦਿੱਤੀ ਆ, ਪੁਲਿਸ ਸਾਰੀ ਦਿਹਾੜੀ ਮਤਲਬ ਟੈਲੀਫੋਨ ਮਿਲਾਉਂਦੀ ਰਹੀ, ਕਰਦੀ ਰਹੀ, ਹਿਸਾਬ ਲਾਇਆ, ਪਤਾ ਨਹੀਂ ਕੀ ਬਣਿਆ ਕੀ ਨਹੀਂ ਬਣਿਆ। ਅਸੀਂ ਆ ਗਏ ਹਾਂ ਕੁਛ ਸ਼ਾਮੀ 7 ਵਜੇ, ਮੇਰਾ ਮੈਂ ਆਪਣੀ ਪੜਤਾਲ ਕਰਦਾ ਰਿਹਾ, ਭਾਈ ਨਾਟ ਕਰਦਾ ਰਿਹਾ ਪੁਲਿਸ ਨੂੰ ਤਲਾਹ ਦੇ ਕੇ, ਸ਼ਾਮੀ 7:30 ਵਜੇ ਮੁੰਡੇ ਨੂੰ ਆਲੋਵਾਲ ਗੇਟ 'ਤੇ ਲਾ ਗਏ ਆ, ਅਤੇ ਮੁੰਡੇ ਦਾ ਮੈਨੂੰ ਫੋਨ ਆਇਆ, ਮੈਂ ਮੁੰਡੇ ਨੂੰ ਜਾ ਕੇ ਉੱਥੋਂ ਆਲੋਵਾਲ ਤੋਂ ਘਬਰਾਇਆ ਸੀਗਾ, ਘਰ ਲਿਆਂਦਾ ਉਹਨੂੰ ਪਾਣੀ ਪੂਣੀ ਪਿਲਾਇਆ, ਪਿਲਾ ਕੇ ਅਤੇ ਉਹਨੂੰ ਰੋਂਦਾ ਰਿਹਾ, ਕਹਿੰਦਾ ਮੇਰੇ ਨਾਲ ਧੱਕਾ ਹੋਇਆ ਆਹ ਗੱਲ ਆ। ਮੈਂ ਕਿਹਾ ਹੋਇਆ ਕੀ ਆ, ਕਹਿੰਦਾ ਆਹ ਪਾਣਾ ਵਰਤਿਆ, ਮੈਨੂੰ ਤਾਂ ਪਿਸਤੌਲ ਮੇਰੇ ਰੱਖਦੇ ਸੀਗੇ, ਕਹਿੰਦੇ ਪਿਓ ਕੋ ਆਪਣੇ ਕੋਲ 50,000 ਰੁਪਇਆ ਮੰਗਾ, ਅਤੇ ਮੇਰੇ ਕੋਲ 50,000 ਦੀ ਹਿੰਮਤ ਨਹੀਂ, ਮੇਰੇ ਕੋਲ 50,000 ਦੀ ਹਿੰਮਤ ਹੁੰਦੀ ਤਾਂ ਮੈਂ ਠੀਕ ਸੀ, ਮੈਂ ਮਾੜਾ ਮੋਟਾ 10-20,000 ਰੁਪਇਆ ਲੈ ਕੇ ਗਿਆ ਸੀਗਾ ਕੋਲ। ਮੈਂ ਕਿਹਾ ਜੇ ਮੰਨਣਗੇ ਠੀਕ ਹੈ, ਨਾ ਮੰਨਣਗੇ ਨਾ ਸੀ, ਮਤਲਬ ਉਹ ਸਾਰੀ ਦਿਹਾੜੀ ਲੰਘੀ, ਮੁੰਡਾ ਘਰ ਆ ਗਿਆ, ਮੁੰਡੇ ਨੂੰ ਪੁੱਛਿਆ ਤੈਨੂੰ ਕਿਤੇ ਕਿਤੇ ਲੈ ਗਏ ਆ, ਕਿਤੇ ਕਿਤੇ ਹੋਈ, ਕਹਿੰਦਾ ਪਹਿਲਾਂ ਨੰਗਲਾ ਅੱਡੇ 'ਤੇ ਲੈ ਕੇ ਗਏ ਆ, ਫਿਰ ਮੁੱਧਾਂ ਅੱਡੇ 'ਤੇ ਲੈ ਕੇ ਗਏ ਆ। ਮੈਂ ਨੰਗਲਾ ਅੱਡੇ ਕੀ ਕੀਤਾ, ਕਹਿੰਦਾ ਕੋਕ ਪੀਤੀ ਆ, ਉੱਥੋਂ ਆਈ ਡੀ ਕਢਾਈ, ਫਿਰ ਮੈਂ ਮੁੱਧਾਂ ਅੱਡੇ ਤੋਂ ਜਾ ਕੇ ਆਈ ਡੀ ਕਢਾਈ, ਉਹਨਾਂ ਨੇ ਠੰਡਾ ਪੀਤਾ, ਫਿਰ ਉਹਨਾਂ ਦੀਆਂ ਫੋਟੋ ਲਈਆਂ, ਐਸ ਐਚ ਓ ਸਾਹਿਬ ਨੂੰ ਸੈਂਡ ਕੀਤੀਆਂ, ਐਵੇਂ ਕਹੀ ਐਸ ਐਸ ਓ ਸਾਹਿਬ ਨੂੰ ਜੋ ਸੈਂਡ ਕੀਤੀਆਂ, ਐਸ ਐਸ ਓ ਸਾਹਿਬ ਨੂੰ ਟੈਲੀਫੋਨ ਕੀਤਾ, ਉਹ ਕਹਿੰਦੇ ਤੁਸੀਂ ਸਾਹਿਬ ਜੋ ਬਣਦੀ ਕਾਰਵਾਈ ਇਹਨਾਂ ਬੰਦਿਆਂ 'ਤੇ ਕੀਤੀ ਹੈ, ਸਖਤ ਕਾਰਵਾਈ ਕੀਤੀ ਗਈ। ਮੈਂ ਕਿਹਾ ਠੀਕ ਹੈ ਜੀ, ਉਹ ਮੈਨੂੰ ਵਿਸ਼ਵਾਸ ਦਵਾਇਆ ਪੁਲਿਸ ਨੇ, ਉਹ ਉਹਨਾਂ 'ਤੇ ਜੋ ਬਣਦੀ ਕਾਰਵਾਈ ਪੁਲਿਸ ਨੇ ਕਰ ਦਿੱਤੀ। ਇਹਦੇ ਵਿੱਚ ਜਿਹੜਾ 76 ਨੰਬਰ ਐਫ ਆਈ ਆਰ ਲੌਂਚ ਕੀਤੀ ਗਈ ਹੈ, ਇਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਭਗਵਾਨ ਸਿੰਘ ਵੱਲੋਂ ਕਿ ਉਹਨਾਂ ਦੇ ਬੇਟੇ ਇਹਨੂੰ ਕਿਸੇ ਨੇ ਕਿਡਨੈਪ ਕਰ ਲਿਆ, ਅਤੇ ਉਹਨਾਂ ਨੂੰ ਇੱਕ ਫੋਨ ਆਇਆ ਕਿ ਜਿਹਦੇ ਵਿੱਚ 50,000 ਰੁਪਏ ਦੀ ਫਰੌਤੀ ਦੀ ਮੰਗ ਕੀਤੀ ਗਈ ਸੀਗੀ, ਜਿਹਨੂੰ ਲੋਕਲ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਹੱਲ ਕਰਦੇ ਹੋਏ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕੀਤੀ ਗਈ ਤਾਂ ਇਹਦੇ ਵਿੱਚ ਪਤਾ ਲੱਗਾ ਕਿ ਇਹਦੇ ਵਿੱਚ 3 ਬੰਦੇ ਸ਼ਾਮਿਲ ਆ, ਜਿਹੜੇ ਕਿ ਦੱਖਣੀ ਅੱਡੇ ਤੋਂ ਨਵਜੋਤ ਸਿੰਘ ਨੂੰ ਜਿਹੜਾ ਚੱਕ ਕੇ ਲੈ ਗਏ ਸੀਗੇ ਸਵਿਫਟ ਗੱਡੀ ਦੇ ਵਿੱਚ। ਡਿਊਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਈ, ਜਿਹੜੇ 3 ਜਣੇ ਸੀਗੇ ਉਹਨਾਂ ਦੇ ਵਿੱਚੋਂ 2 ਮੁਲਾਜ਼ਮ ਜਿਹੜੇ ਆ ਉਹ ਹੋਮਗਾਰਡ ਨਾਲ ਸੰਬੰਧਿਤ ਸੀਗੇ, ਇਹਨਾਂ ਦੇ ਵਿੱਚੋਂ ਇੱਕ ਹੈਗਾ ਰੋਹਿਤ ਗਿੱਲ, ਇੱਕ ਗੁਰਪ੍ਰੀਤ। ਰੋਹਿਤ ਗਿੱਲ ਇੱਥੇ ਕੋਰਟ ਕੰਪਲੈਕਸ ਦੇ ਵਿੱਚ ਲੱਗਾ ਹੋਇਆ ਸੀਗਾ ਅਤੇ ਗੁਰਪ੍ਰੀਤ ਕਪੂਰਥਲਾ ਜੇਲ੍ਹ ਦੇ ਵਿੱਚ ਡਿਊਟੀ 'ਤੇ ਸੀਗਾ ਜਿੱਥੋਂ ਐਬਸੈਂਟ ਚੱਲ ਰਿਹਾ। ਅਤੇ ਡਿਊਰਿੰਗ ਇਨਵੈਸਟੀਗੇਸ਼ਨ ਜਿਹੜਾ ਗੁਰਪ੍ਰੀਤ ਨੂੰ ਆ ਉਹ ਹਾਲੇ ਤੱਕ ਉਹ ਫਰਾਰ ਚੱਲਿਆ ਜਾ ਰਿਹਾ ਅਤੇ ਰੋਹਿਤ ਗਿੱਲ ਨੂੰ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ। ਸਰ ਜਿਹੜੇ ਮੁਲਾਜ਼ਮਾਂ 'ਤੇ ਪਰਚਾ ਦਰਜ ਕੀਤਾ ਗਿਆ ਇਹਨਾਂ 'ਤੇ ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਹੈਗਾ? ਨਹੀਂ, ਇਹਨਾਂ 'ਤੇ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਕੋਈ ਨਸ਼ਾ ਵਗੈਰਾ ਕਰਨ ਦੀ ਆਦੀ ਹੈਗੀ? ਇਹ ਹੁਣ ਇਹਨਾਂ ਟੈਸਟ ਵਗੈਰਾ ਕਰਵਾਉਂਗੇ, ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ। ਅਤੇ ਇਹ ਜਿਹੜੀ ਫਰੋਤੀ ਦਾ ਮਾਮਲਾ ਹੈਗਾ ਵਾ, ਇਹਨਾਂ ਨੇ ਪਹਿਲੀ ਵਾਰੀ ਫਰੋਤੀ ਮੰਗੀ ਜਾਂ ਪਹਿਲਾਂ ਵੀ ਕਦੇ ਇਸ ਤਰ੍ਹਾਂ ਦਾ ਮਾਮਲਾ? ਇਹ ਡਿਊਰਿੰਗ ਇਨਵੈਸਟੀਗੇਸ਼ਨ ਇਹ ਚੀਜ਼ਾਂ ਜਿਹੜੀਆਂ ਅਸੀਂ ਵੈਰੀਫਾਈ ਕਰਾਂਗੇ।
ਕਿ ਫਸਟ ਵਾਰ ਇਹ ਹੋਇਆ ਸੀਗਾ ਕਿ ਜਾਂ ਇਹ ਪਹਿਲਾਂ ਵੀ ਉਹੋ ਜਿਹੀ ਚੀਜ਼ ਕਰ ਚੁੱਕੇ? ਜਿਹੜਾ ਇਹਨਾਂ ਨੇ ਕਿਡਨੈਪਿੰਗ ਕੀਤੀ, ਕਿਹੜੀ ਗੱਡੀ 'ਚ ਕੀਤੀ ਅਤੇ ਕਿੱਥੇ ਲੈ ਕੇ ਗਏ, ਕੁਛ ਪਤਾ ਲੱਗਾ ਸੀ? ਇਹ ਸਵਿਫਟ ਡਿਜ਼ਾਇਰ ਸੀਗੀ, ਸਿਲਵਰ ਨੰਬਰ, ਸਿਲਵਰ ਕਲਰ ਦੀ ਸੀ ਗੱਡੀ, PB010DA9913। ਇਹ ਵੱਖਰੇ ਵੱਖਰੇ ਏਰੀਏ ਦੇ ਵਿੱਚ ਇਹਨਾਂ ਨੂੰ ਘੁਮਾਈ ਗਿਆ ਲੋਕਲ ਦੇ ਵਿੱਚ, ਪਰ ਜਦੋਂ ਪੁਲਿਸ ਦੇ ਕੋਲ ਚੀਜ਼ ਆਈ ਸਾਹਮਣੇ ਤਾਂ ਪੁਲਿਸ ਨੇ ਇਸ ਚੀਜ਼ ਨੂੰ ਹੱਲ ਕਰ ਲਿਆ। ਠੀਕ ਹੈ ਸਰ, ਹੁਣ ਤੱਕ ਅਰੈਸਟ ਕਿਹਦੀ ਹੋਈ ਹੈ? ਹਾਲੇ ਇੱਕ ਸਿਰਫ ਰੋਹਿਤ ਗਿੱਲ ਦੀ ਜਿਹੜੀ ਅਰੈਸਟ ਹੋਈ ਆ, ਦੋ ਜਿਹੜੇ ਆ, ਇੱਕ ਹੈਗਾ ਮੁੰਡਾ ਗੁਰਪ੍ਰੀਤ, ਇੱਕ ਉਹਨਾਂ ਨਾਲ ਜਿਹੜਾ ਪ੍ਰਾਈਵੇਟ ਵਿਅਕਤੀ ਸੀਗਾ ਜੈਕਬ, ਉਹ ਹਾਲੇ ਅਰੈਸਟ ਤੋਂ ਬਾਹਰ ਹੈ। ਸਰ ਕਿਹੜੀ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ? ਇਹਦੇ ਵਿੱਚ ਅਸੀਂ ਜਿਹੜੀ 76 ਨੰਬਰ FIR ਲੌਜ ਕੀਤੀ ਹੈ, 386, 342, 506, 534, 34 IPC ਦੇ ਅਧੀਨ FIR ਲੌਜ ਕੀਤੀ ਹੈ। ਸਰ ਹੁਣ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ? ਅਗਲੀ ਕਾਰਵਾਈ ਇਹ ਕਰਾਂਗੇ, ਪਹਿਲਾਂ ਜਿਹੜੇ ਰਹਿੰਦੇ ਆ ਉਹਨਾਂ ਨੂੰ ਫੜਾਂਗੇ, ਅਤੇ ਪਲੱਸ ਅਸੀਂ ਇਹ ਇਨਵੈਸਟੀਗੇਟ ਕਰਾਂਗੇ ਕਿ ਹੋਰ ਇਹੋ ਜਿਹਾ ਜਿਹੜੇ ਕਿੰਨੇ ਮੈਟਰ ਹੋ ਚੁੱਕੇ ਆ। ਸਰ ਜਿਹੜਾ ਰੋਹਿਤ ਗਿੱਲ ਫੜਿਆ ਹੈਗਾ ਵਾ, ਇਹ ਤੇ ਪਹਿਲਾਂ ਕੋਈ ਅਪਰਾਧਿਕ ਮਾਮਲਾ? ਨਹੀਂ, ਇਹਦੇ ਤੇ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।